ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹੈ ਠੀਕ ਹੈ, ਵਧੀਆ। ਤੇ ਕਿਵੇਂ ਤੁਹਾਡਾ ਰੌਲਾ ਰੌਲਾ, ਤੁਸੀਂ ਵੀ ਪ੍ਰੇਮੀ ਹੋ? ਕਿਉਂ, ਬਾਬੇ ਨੇ ਕੀ ਫਸਾਤਾ? ਆਏ ਕੇ ਜਲਾ ਤੇ ਗੱਲ ਚੋਂ। ਓਹੋ, ਤੇ ਸਹੁਰਾ ਕਿੱਥੇ ਤੇਰਾ? ਕਿਵੇਂ ਲੁਕ ਕੇ, ਕਿਵੇਂ ਫਿਰ ਕੀ ਬਣਿਆ? ਰਿਸ਼ਤੇਦਾਰ ਵੀ ਤਾਂ ਤੁਰਕੀ ਲਿਆਉਣਗੇ, ਬੱਸ ਗੱਡੀ ਤਾਂ ਚੱਲਣ ਨਹੀਂ ਦਿੰਦੇ ਕੋਈ। ਹੈਂ, ਇਹ ਤਾਂ ਗੱਲ ਸਹੀ ਆ। ਤੇ ਬਾਈ ਕਿੱਥੇ ਆਪ? ਚੱਲ ਉਹ ਵੀ ਫਸ ਗਿਆ, ਉਹਨੂੰ ਕਹਿ ਵੀ ਤੂੰ ਕਿਤੇ ਲੁਕ ਲਾ ਕੇ, ਉਹਨੂੰ ਗੱਲ ਚੋ ਏਗਾ ਲਵਾ ਦੇਣਾ ਸੀ ਉਹਦੇ ਕਹਿ ਕੇ। ਨਹੀਂ, ਉਹਦੇ ਗੱਲ ਚੋ ਲਵਾ ਤਾ ਕੇ ਏਗਾ ਜਾ। ਅੱਛਾ, ਨਹਾ ਕੇ ਉਹਨੂੰ ਖੂਹੀ ਖਾਈ ਚ ਲੈਟਰਿੰਗ ਤੇ ਸਿੱਟ ਦੇ ਕਿਤੇ, ਉੱਤੋਂ ਪਾਣੀ ਪਾ ਦੇ ਦੋ ਬਾਲਟੀਆਂ। ਲਾ ਦੀ ਲਾ ਦੀ, ਐਵੇਂ ਬਾਹਰ ਕਿਤੇ ਆ ਗਏ ਤੇ ਕੋਈ ਹੋਰ ਉਹਨੂੰ ਚਪੇੜਿਆ ਨਾ, ਮੂੰਹ ਕੁੱਟੇ ਉਹਦਾ। ਹਾਂ, ਤੇ ਬਾਕੀ ਸਿੱਖਾਂ ਨਾਲ ਪੰਗਾ ਨਾ ਲਓ, ਜੇ ਸਿੱਖ ਤੁਹਾਨੂੰ ਕੁਛ ਨਹੀਂ ਕਹਿੰਦੇ ਗੇ, ਛੇੜਿਓ ਛੇੜਿਓ ਜੇ ਨਾ, ਤੇ ਜੇ ਹੈਂ ਤੁਸੀਂ ਕਦੋਂ ਮੰਨ ਗਏ ਬਾਬੇ ਨਾਨਕ ਵਾਲੇ? ਬਾਬਾ ਤਾਂ ਕੱਲ ਗਿਆ ਅੰਦਰ। ਅੱਛਾ ਚੱਲ ਠੀਕ ਆ, ਵਧੀਆ ਹੋ ਗਿਆ, ਚੱਲ ਤੁਹਾਨੂੰ ਪਤਾ ਲੱਗ ਗਿਆ ਹੈ। ਹੁਣ ਬਾਬੇ ਦਾ ਨਾਮ ਕੀ, ਹੁਣ ਤੁਸੀਂ ਬਾਬੇ ਦਾ ਨਾਮ ਕੀ ਰੱਖਿਆ? ਪਹਿਲਾਂ ਤਾਂ ਚਲੋ ਕੀ ਕਹਿੰਦੇ ਸੀ ਤੁਸੀਂ? ਦੋਸੀ ਬਾਬਾ। ਅੱਛਾ, ਹੁਣ ਤੁਸੀਂ ਦੋਸੀ ਬਾਬਾ ਕਿਆ ਕਰੋਗੇ? ਅੱਛਾ ਅੱਛਾ ਤੁਸੀਂ ਮਤਲਬ ਤੁਸੀਂ ਵੀ ਦੋਸੀ ਬਾਬਾ ਕਿਆ ਕਰੋਗੇ ਫਿਰ? ਅੱਛਾ, ਤੇ ਪਹਿਲਾਂ ਕੀ ਕਹਿੰਦੇ ਸੀ ਤੁਸੀਂ ਬਾਬੇ ਨੂੰ? ਚੱਲ ਠੀਕ ਆ, ਚੱਲ ਚੰਗਾ, ਤੂੰ ਤੇਰਾ ਜਵਾਕ ਬਚਾ ਕੇ ਰੱਖੀ, ਜਵਾਕ ਦੇ ਤੇਰੇ ਤੇ ਜੂੜਾ ਕਿਤੇ, ਉਹ ਨਾ ਪ੍ਰੇਮੀ ਗੁੱਸੇ 'ਚ ਆਇਆ ਕੋਈ ਜਵਾਕ ਦੇ ਮਾਰ ਜੇ ਵੀ ਇਹ ਤਾਂ ਸਿੱਖ। ਅੱਛਾ ਚੱਲ ਠੀਕ ਆ, ਤੁਹਾਡੇ ਵਾਸਤੇ ਫਿਰ ਮੈਂ ਕਿਰਪਾਨ ਖਰੀਦ ਕੇ ਰੱਖਦਾ, ਵਧੀਆ ਕਿਰਪਾਨ ਤੇ ਉਹ ਸ਼ਸਤਰ ਬਸ਼ਤਰ ਸਾਰੇ, ਠੀਕ ਹੈ? ਅੰਮ੍ਰਿਤ ਕਦੋਂ ਛਕਣਾ ਮੈਨੂੰ ਦੱਸੋ, ਫਿਰ ਆਪਾਂ ਚੱਲੀਏ ਦਮਦਮਾ ਸਾਹਿਬ। ਚੱਲ ਠੀਕ ਆ, ਅੰਮ੍ਰਿਤ ਛਕਣਾ ਫਿਰ ਪੱਕਾ ਹੀ ਹੈ। ਅੱਛਾ, ਦੋਹੇ ਜੀ ਆਨੇ ਕਿ ਸੱਸ ਸਹੁਰੇ ਨੂੰ ਵੀ ਛਕਾਉਣਾ? ਚੱਲ ਗੱਲ ਕਰ ਲਓ ਜੀ ਫਿਰ, ਹੈਂ। ਅੱਛਾ ਅੱਛਾ, ਤੇ ਰੋਏ ਰਾਏ ਕਿੰਨਾ ਕੁ? ਬੁਰਾ ਹਾਲ ਹੋ ਗਿਆ। ਤੂੰ, ਤੈਨੂੰ ਖੁਸ਼ੀ ਇੰਨੀ ਕਿਵੇਂ ਹੋ ਗਈ ਬਾਬੇ ਫਤਿਹ ਦੀ? ਤੂੰ ਤਾਂ ਆਪ ਪ੍ਰੇਮਣਾ।
ਅੱਛਾ ਚੌਲ ਖਾਦੇ ਤੂੰ ਦਹੀਂ ਨਾਲ? ਚੱਲ ਤੂੰ ਫਿਰ ਅੱਜ ਮੇਰੇ ਵਾਂਗੂ ਖੀਰ ਬਣਾ ਕੇ ਖਾਈ ਚੰਗਾ, ਮੱਝ ਦੇ ਦੁੱਧ ਚ। ਦੁੱਧ ਹੀ ਵੀ ਬੰਦ ਕਰਤੇ? ਅੱਛਾ ਇਹ ਵੀ ਪੰਗਾ ਹੋ ਗਿਆ। ਅੱਛਾ ਖੁਸ਼ੀ ਹੋਈ ਬਥੇਰੀ ਆ। ਚੱਲ ਠੀਕ ਆ, ਮਤਲਬ ਕਿ ਪ੍ਰੇਮੀਆਂ ਨੂੰ ਵੀ ਖੁਸ਼ੀ ਹੋ ਗਈ ਇਸ ਗੱਲ ਦਾ ਹੀ ਪਤਾ ਲੱਗ ਗਿਆ। ਚੱਲ ਠੀਕ ਆ, ਚੰਗਾ ਚੱਲ ਚੰਗਾ ਫਿਰ ਮੈਂ ਸਕੂਲ ਜਾਣਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।